ਸਰ ਜੀ ਜਿਹੜੀ ਇਹ ਕਤਲ ਹੋਇਆ ਬਾਰੇ ਜਾਣਕਾਰੀ ਦਿਓ। ਇਹ ਪਿੰਡ ਚੇਤਨ ਨਗਰ ਦੀ ਜ਼ਮੀਨ ਹੈ ਜੀ, ਇੱਥੇ ਕੰਪਨੀ ਨੇ ਖਰੀਦੀ ਹੋਈ ਹੈ। ਇੱਥੇ ਨਗਾਮੇ ਦੇ ਬੰਦੇ ਦਿਲਬਾਗ ਸਿੰਘ ਅਤੇ ਜੱਸੀ, ਇਹਨਾਂ ਨੇ ਵੀ ਕੰਪਨੀ ਦੀ ਜ਼ਮੀਨ ਲਈ ਹੋਈ ਹੈ, ਚੇਤਨ ਨਗਰ ਵਾਲਿਆਂ ਨੇ ਵੀ ਲਈ ਹੋਈ ਹੈ। ਇਹਨਾਂ ਦਾ ਆਪਸ ਦੇ ਵਿੱਚ ਕੰਪਨੀ ਦੇ ਜ਼ਮੀਨ ਲੈਣ ਕਰਕੇ ਟਕਰਾਅ ਹੋ ਗਿਆ। ਇਹਦੇ ਵਿੱਚ 3 ਬੰਦੇ ਦੀ ਡੈਥ ਹੋ ਗਈ, ਬਾਕੀ 2 ਬੰਦੇ ਜ਼ਖਮੀ ਹੈ। ਬਾਕੀ ਪੁਲਿਸ ਉਹ ਤਫਤੀਸ਼ 'ਤੇ ਲੱਗੀ ਹੋਈ ਹੈ, ਉਹਦਾ ਕਾਰਨ ਪ੍ਰੋਪਰ ਲੱਭ ਕੇ ਆਪਾਂ ਨੂੰ ਪਤਾ ਲੱਗ ਜਾਊਗਾ ਕਿਆ ਕਾਰਨ ਹੋਇਆ। ਵੈਸੇ ਤਾਂ ਜਿੱਥੇ ਤੱਕ ਹੈ ਵੀ ਕੰਪਨੀ ਦੀ ਜ਼ਮੀਨ ਪਿੱਛੇ ਹੀ ਕਾਰਨ ਹੋਇਆ, ਜਿਹੜੀ ਗੱਲ ਹੋਈ ਹੈ ਬਾਕੀ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕਿਆ ਕੰਪਨੀ ਦਾ ਕਿੱਥੇ ਬੈਠ ਕੇ ਸਮਝੌਤੇ ਕਰਾਂ ਜਾਂ ਕਿੱਥੇ ਨਹੀਂ। ਇਹ ਆਉਣ ਵਾਲਾ ਸਮਾਂ ਅਤੇ ਸਰਕਾਰਾਂ ਸਾਡੇ ਵਾਸਤੇ ਚੰਗੀ ਨਹੀਂ ਹੈਗੀਆਂ। ਪਹਿਲਾਂ ਵੀ ਸਰਕਾਰਾਂ ਰਹੀਆਂ, ਕਦੀ ਕੰਪਨੀ ਦੇ ਵਿੱਚ ਇੰਟਰਫੇਲ ਨਹੀਂ ਹੋਇਆ, ਹੁਣ ਕੰਪਨੀ ਦੇ ਵਿੱਚ ਇੰਟਰਫੇਲ ਕਰਕੇ ਬੰਦੇ ਨੂੰ ਕਹਿੰਦੇ ਬਾਹਰ ਹੋ, ਫਿਰ ਕਤਲ ਹੋ ਗਿਆ ਇੱਥੇ ਸਾਡੇ ਇਲਾਕੇ ਦੇ ਵਿੱਚ। ਇਹ ਆਉਣ ਵਾਲਾ ਸਾਡੇ ਇਲਾਕੇ ਨੂੰ ਅਤੇ ਸਾਨੂੰ ਆਪ ਦੇਖਣਾ ਪੈਣਾ। ਅਸੀਂ ਕੰਪਨੀ ਵਾਲਿਆਂ ਨੂੰ ਚੇਤਾਵਨੀ ਦਿੰਦੇ ਹਾਂ, ਅਸੀਂ ਆਪ ਆਪਣੀ ਜ਼ਮੀਨ ਵਾਹਵਾਂਗੇ ਜਿੱਥੇ ਜਿੱਥੇ ਸਾਡੀ ਜ਼ਮੀਨ ਹੈ, ਅਸੀਂ ਨਹੀਂ ਵੜਨ ਦੇਣਾ। ਜਿਹੜੇ ਉਹਨਾਂ ਦੇ ਪੋਗੇ ਰੱਖੇ ਹੋਏ ਅੱਗੇ, ਭਾਵੇਂ MLA ਹੈ ਕੋਈ ਹੋਰ ਵੀ ਹੈ, ਅਸੀਂ ਵਿਰੋਧ ਕਰਾਂਗੇ ਜੇ ਕੱਲ੍ਹ ਨੂੰ ਇਹ ਜੀ ਘਟਨਾ ਵਰਤਰੀ ਇੱਥੇ ਸਾਡੇ ਇਲਾਕੇ 'ਚ। ਸਾਡਾ ਸਰਕਾਰ ਦੇ ਬਾਹਰ ਖਿਲਾਫ ਅਸੀਂ ਧਰਨਾ ਦੇਵਾਂਗੇ, ਜੇ ਇਹੋ ਜਿਹੀ ਗੱਲਬਾਤ ਹੋਈ ਅਸੀਂ ਧਰਨਾ ਦੇਵਾਂਗੇ। ਸਾਡੇ ਨਾਲ ਨਗਾਮੇ ਦੇ ਸਰਪੰਚ ਵੀ ਹੈ, ਇਹ ਵੀ ਬੋਲਣ। ਇਹ ਇੰਡੋਨੇਸ਼ੀਆ ਕੰਪਨੀ ਦੀ ਜ਼ਮੀਨ ਹੈ। ਇਹ ਦਿਲਬਾਗ ਸਿੰਘ ਹੈ, ਇਹਦਾ ਬੇਟਾ ਹੈਗਾ ਜੱਸੀ, ਇੱਕ ਚੇਤਨ ਨਗਰ ਦਾ ਸੱਤਾ ਜੀ। ਸਾਨੂੰ ਸੂਚਨਾ ਮਿਲੀ ਸੀ ਕਿ ਖੇਤਾਂ ਦੇ ਵਿੱਚ ਚੇਤਨ ਨਗਰ ਪਿੰਡ ਥਾਣਾ ਸ਼ੰਭੂ ਏਰੀਏ 'ਚ ਖੇਤਾਂ 'ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀਗਾ। ਉਹਦੇ ਮੱਦੇਨਜ਼ਰ ਜਿਹੜੀ ਹੈਗੀ ਹੈ ਨਗਾਵਾਂ ਅਤੇ ਛਤਰਪੁਰ ਦੇ ਪਿੰਡਾਂ ਦੀ ਜਿਹੜੀ ਹੈ ਆਪਸੀ ਲੜਾਈ ਹੋ ਗਈ, ਜਿਹਦੇ ਵਿੱਚ ਇੱਕ ਪਾਸੇ ਨਗਾਵਾਂ ਦੇ ਪਿਓ ਪੁੱਤ ਜਸਵਿੰਦਰ ਸਿੰਘ ਅਤੇ ਉਹਦਾ ਬਾਪ ਦਿਲਬਾਗ ਸਿੰਘ, ਇਹਨਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ 'ਤੇ ਮੌਤ ਹੋਈ ਹੈ। ਮੌਕੇ 'ਤੇ ਖੜ੍ਹੇ, ਅਸੀਂ ਮੌਕਾ ਵਗੈਰਾ ਕਰ ਲਿਆ, ਸਾਰੇ ਹਾਲਾਤ ਤਾਂ ਕਰਕੇ ਜਿਹੜੀ ਬੰਦੀ ਕਰ ਲਈ ਜੋ ਵਾਪਸ ਜਾਂਦੇ ਨੇ ਉਹਨਾਂ ਨੇ ਤਾਂ ਕੀਤੀ ਹੈ। ਸਰ ਗੋਲੀਆਂ ਕਿੰਨੀਆਂ ਚੱਲੀਆਂ ਨੇ ਜੀ? ਇਸ ਤਰੀਕੇ ਨਹੀਂ ਦੱਸਿਆ ਜਾ ਸਕਦਾ ਜੀ, ਉਹਦੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪੋਸਟਮਾਰਟਮ ਤੋਂ ਬਾਅਦ ਜਿਹੜੀ ਹੈ ਉਹ ਸਾਰੀ ਗੱਲ ਸਮਝ। ਸਰ ਉਮਰ ਕਿੰਨੀ ਹੈ ਜੀ? ਕਿੰਨੇ ਕੁ ਜ਼ਖਮੀ? ਮੌਕੇ ਦੇ ਉੱਪਰ ਕੀ ਕੁਛ ਮਿਲਿਆ ਹੈਗਾ ਜ਼ਖਮੀ ਵਗੈਰਾ? ਇਹ ਸਾਰਾ ਜੀ ਪੜਤਾਲ ਕਰ ਰਹੇ ਹਾਂ। ਇੱਕ ਜਿਹੜਾ ਬੰਦਾ ਹੈਗਾ ਸਤਵਿੰਦਰ ਸਿੰਘ, ਉਹ ਕਰੀਬ 35-40 ਸਾਲ ਦਾ ਜੀ। ਦੂਸਰੇ ਜਿਹੜੇ ਇੱਕ 40-42 ਸਾਲ ਦਾ, ਇੱਕ ਜਿਹੜਾ ਹੈਗਾ 50 ਸਾਲ ਦਾ। ਸਰ ਕੋਈ ਫੱਟੜ ਵੀ ਹੈ ਜੀ? ਇਹ 2-3 ਬੰਦੇ ਫੱਟੜ ਵੀ ਦੱਸੇ ਜਾਂਦੇ, ਜਿਹਨਾਂ ਬਾਰੇ ਹਜੇ ਕਹਿ ਨਹੀਂ ਸਕਦਾ ਕਹਾਂਗੇ ਜੀ। ਸਰ ਹੋਸਪਿਟਲ 'ਚ ਪਤਾ ਕਿੱਥੇ? ਇੱਥੋਂ ਰਾਜਪੁਰਾ APGN ਹਸਪਤਾਲ 'ਚ ਦਾਖਲ ਹੋਏ ਜੀ। ਸਰ ਇਹਨਾਂ ਦਾ ਪੋਸਟਮਾਰਟਮ ਕਿੱਥੇ ਕਰਵਾਇਆ ਜਾ ਰਿਹਾ ਜੀ? ਕਦੋਂ ਕਰਵਾਇਆ? ਸਰਕਾਰੀ ਹਸਪਤਾਲ 'ਚ ਕਰਵਾਇਆ ਜਾ ਰਿਹਾ, ਰਾਜਪੁਰੇ ਜੀ। ਰਾਜਪੁਰੇ ਕਰਵਾਉਣਾ। ਸਰ ਜੀ ਜਿਹੜੇ ਇਹਨਾਂ ਦੇ ਕੋਈ ਵਾਰਸ ਹੈਗੇ ਆ, ਉਹਨਾਂ ਦੀ ਸ਼ਿਕਾਇਤ ਦੇ ਉੱਪਰ ਕਿਹਦੀ ਸ਼ਿਕਾਇਤ ਦੇ ਉੱਪਰ ਪਰਚਾ ਦਰਜ ਕਰਵਾਉਣਾ? ਜੇ ਵਾਰਸ ਬਿਆਨ ਲਿਖਾ ਰਹੇ ਨੇ, ਜੋ ਵੀ ਬਿਆਨ ਲਿਖਾਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ, ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਊਗਾ। ਸਖਤੀ ਨਾਲ ਜਿਹੜਾ ਜਿਹਨਾਂ ਨੇ ਗਲਤੀ ਕੀਤੀ ਹੈ ਉਹਨਾਂ 'ਤੇ ਐਕਸ਼ਨ ਲੈ ਕੇ ਸੀ। ਕੀ ਮਸਲਾ ਕੀ ਸੀ? ਸਰ ਕੋਈ ਇਵੇਂ ਪਤਾ ਵੀ ਲੱਗ ਰਿਹਾ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਸੀਗਾ, ਉਹ ਕਰ ਰਿਹਾ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ 'ਤੇ ਹੋਇਆ ਪਿੰਡਾਂ ਦੇ ਵਿੱਚ ਜੀ, ਬਹੁਤ ਬੰਦੇ ਨੇ ਫੈਸਲਾ ਕਰਵਾਇਆ। ਬਾਕੀ ਅਜੇ ਹਾਲਾਤ ਪਤਾ ਕਰਦੇ ਆ, ਉਹਦੇ ਮੁਤਾਬਕ।